ਅਕਸਰ ਸਵਾਲ ਕੀਤਾ ਜਾਂਦਾ ਕਿ ਰੱਖੜੀ ਦਾ ਸਿੱਖ ਇਤਿਹਾਸ ਨਾਲ ਕੀ ਸੰਬੰਧ ਹੈ? ਕੀ ਗੁਰੂ ਨਾਨਕ ਦੇਵ ਜੀ ਦੇ ਬੇਬੇ ਨਾਨਕੀ ਜੀ ਨੇ ਰੱਖੜੀ ਬੰਨ੍ਹੀ ਸੀ, ਜਿਵੇਂ ਕਿ ਕੁਝ ਪ੍ਰਚਾਰੀਆਂ ਜਾਂਦੀਆਂ ਫੋਟੋਆਂ ਵਿੱਚ ਦਿਖਾਇਆ ਜਾਂਦਾ ਹੈ? ਇਹ ਤਿਉਹਾਰ ਮਨਾਉਣਾ ਜਾਂ ਨਹੀਂ ਮਨਾਉਣਾ ਹਰੇਕ ਦੀ ਆਪਣੀ ਇੱਛਾ ਹੈ, ਪਰ ਸਿੱਖ ਵਜੋਂ ਤੁਹਾਡਾ ਇਸ ਬਾਰੇ ਫਰਜ਼ ਕੀ ਹੈ ਅਤੇ ਸੋਚ ਕੀ ਹੋਣੀ ਚਾਹੀਦੀ ਹੈ? ਕੁਝ ਪੱਖ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ। ਅਸਲ ਵਿੱਚ ਇਹ ਤਿਉਹਾਰ ਸਨਾਤਨੀ ਤਿਉਹਾਰ ਮੰਨਿਆ ਜਾਂਦਾ ਹੈ। ਕਦੇ ਪੁਜਾਰੀ ਨੇ ਲੋਕਾਂ ਨੂੰ ਇਹ ਲਾਲਚ ਦਿੱਤਾ ਸੀ ਕਿ ਤੁਸੀਂ ਆਪਣੀਆਂ ਲੜਕੀਆਂ ਮੰਦਰਾਂ ਵਿੱਚ ਦਾਨ ਦਿਓ ਅਤੇ ਬਦਲੇ ਵਿੱਚ ਸਵਰਗ ਅੰਦਰ ਤੁਹਾਨੂੰ ਪਰੀਆਂ ਮਿਲਣਗੀਆਂ। ਇਸ ਲਾਲਚ ਵਿੱਚ ਫਸ ਕੇ ਲੋਕਾਂ ਨੇ ਆਪਣੀਆਂ 7 ਤੋਂ 10 ਸਾਲ ਦੀਆਂ ਬੱਚੀਆਂ ਨੂੰ ਦਾਨ ਦੇਣਾ ਸ਼ੁਰੂ ਕੀਤਾ। ਨੋਟ ਕਰਿਓ, ਇੱਥੋਂ ਹੀ ਸ਼ਬਦ ਕੰਨਿਆ ਦਾਨ ਪ੍ਰਚਲਿਤ ਹੋਇਆ। ਹਵਸ ਨਾਲ ਭਰੇ ਪੁਜਾਰੀਆਂ ਨੇ ਇਹਨਾਂ ਲੜਕੀਆਂ ਨੂੰ ਦੇਵਦਾਸੀਆਂ ਬਣਾਇਆ ਅਤੇ ਇਹਨਾਂ ਤੋਂ ਹੋਣ ਵਾਲੇ ਬੱਚਿਆਂ ਨੂੰ ਹਰੀਜਨ ਨਾਮ ਦਿੱਤਾ। ਕਦੇ ਇਸਤਰੀ ਨੂੰ ਪਾਂਡਵਾਂ ਵੇਲੇ ਜੂਏ ਵਿੱਚ ਹਰਾ ਕੇ ਅਤੇ ਕਦੇ ਭਰਾ ਦੇ ਹੱਥ 'ਤੇ ਰੱਖੜੀ ਬਣਵਾ ਕੇ ਗੁਲਾਮ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਰਿਹਾ। ਭੈਣ ਭਰਾ ਨੂੰ ਰੱਖੜੀ ਬੰਨ੍ਹ ਕੇ ਇੱਕ ਪ੍ਰਣ ਲੈਂਦਾ ਹੈ ਕਿ ਭਰਾ, ਜੇ ਮੇਰੇ 'ਤੇ ਕੋਈ ਮੁਸ਼ਕਲ ਆਈ ਤੂੰ ਮੇਰੀ ਮਦਦ ਕਰਨੀ ਹੈ। ਹੁਣ ਇੱਕ ਸਵਾਲ ਦਾ ਜਵਾਬ ਦਿਓ, ਜੇ ਦਿੱਲੀ ਬੈਠੀ ਭੈਣ ਨੂੰ ਮਦਦ ਦੀ ਲੋੜ ਪੈ ਜਾਏ ਤਾਂ ਅਮਰੀਕਾ ਬੈਠਾ ਭਰਾ ਭੈਣ ਦੀ ਮਦਦ ਕਿਵੇਂ ਕਰੇਗਾ? ਫਿਰ ਲੋਕ ਕਹਿੰਦੇ ਹਨ ਕਿ ਰੱਖੜੀ ਨਾਲ ਭੈਣ ਭਰਾ ਦਾ ਪਿਆਰ ਵੱਧਦਾ। ਸਿੱਖ ਨੂੰ ਤਾਂ ਅਕਾਲ ਪੁਰਖ ਵੱਲੋਂ ਰੱਖਿਆ ਮਿਲੀ ਹੋਈ ਹੈ। ਸਿੱਖ ਸਿਰਫ ਆਪਣੀ ਮਾਂ ਜਾਈ ਭੈਣ ਦਾ ਹੀ ਰਖਵਾਲਾ ਨਹੀਂ, ਬਲਕਿ ਹਰ ਔਰਤ ਦਾ ਰਖਵਾਲਾ ਹੈ। ਜੇ ਸਿੱਖ ਰੱਖੜੀ ਬੰਨ੍ਹਦਾ ਹੈ ਤਾਂ ਉਹ ਸਿੱਖੀ ਤੋਂ ਦੂਰ ਹੈ, ਉਹ ਮਨਮਤੀ ਹੈ। ਹੱਥ ਵਿੱਚ ਕੜਾ ਪਾ ਕੇ ਨਾਲ ਹੀ ਰੱਖੜੀ ਬੰਨ੍ਹਣਾ ਕੜੇ ਦੀ ਵੀ ਤੌਹੀਨ ਕਰਨਾ। ਸਿੱਖ ਦਾ ਤਾਂ ਪੱਕਾ ਯਕੀਨ ਹੈ, ਤੂੰ ਮੇਰਾ ਰਾਖਾ ਸਭਨੀ ਥਾਈਂ ਤਾਂ ਪੌ ਕਿਹਾ ਕਾੜਾ ਜੀਓ। ਸੋ ਰੱਖੜੀ ਦਾ ਸਿੱਖਾਂ ਨਾਲ ਕੋਈ ਸੰਬੰਧ ਨਹੀਂ। ਹੁਣ ਦੂਜੇ ਸਵਾਲ ਦਾ ਜਵਾਬ ਦਿਓ ਕਿ ਮੁਸਲਮਾਨ, ਪਾਰਸੀ, ਬੋਧੀ, ਗੋਰੇ ਅਤੇ ਕਾਲੇ ਇਹ ਰੱਖੜੀ ਕਿਉਂ ਨਹੀਂ ਮਨਾਉਂਦੇ? ਕਿ ਇਹਨਾਂ ਕੌਮਾਂ ਨਾਲ ਸੰਬੰਧਿਤ ਭੈਣਾਂ ਭਰਾਵਾਂ ਦਾ ਪਿਆਰ ਦੁਸ਼ਮਣੀ ਵਿੱਚ ਬਦਲ ਗਿਆ? ਇੱਕ ਮਾਂ ਪਿਓ ਤੋਂ ਜਨਮ ਲੈ ਕੇ ਜੇ ਪਿਆਰ ਕਾਇਮ ਨਹੀਂ ਰਹਿ ਸਕਿਆ, ਇੱਕ ਕੱਚਾ ਧਾਗਾ ਉਸ ਪਿਆਰ ਨੂੰ ਕਿਵੇਂ ਕਾਇਮ ਰੱਖ ਸਕਦਾ? ਫਿਰ ਇਸ ਪਿਆਰ ਨੂੰ ਤਾਂ ਹਰ ਸਾਲ ਰਿਨਿਊ ਕਰਾਉਣ ਦੀ ਕਿਉਂ ਲੋੜ ਪੈਂਦੀ ਹੈ? ਇਹ ਪਿਆਰ ਤਾਂ ਫਿਰ ਡਰਾਈਵਿੰਗ ਲਾਇਸੈਂਸ ਤੋਂ ਵੀ ਗਿਆ ਗੁਜ਼ਰਿਆ ਹੋਇਆ। ਡਰਾਈਵਿੰਗ ਲਾਇਸੈਂਸ ਵੀ 20 ਸਾਲ ਦਾ ਬਣਦਾ, ਪਰ ਰੱਖੜੀ ਹਰ ਸਾਲ ਬਣਾਉਣੀ ਪੈਂਦੀ ਹੈ। ਜਿੱਥੋਂ ਤੱਕ ਇਸ ਪ੍ਰਚਲਿਤ ਤਸਵੀਰ ਦਾ ਸਵਾਲ ਹੈ, ਜਿਸ ਵਿੱਚ ਭੈਣ ਨਾਨਕੀ ਗੁਰੂ ਨਾਨਕ ਪਾਤਸ਼ਾਹ ਨੂੰ ਰੱਖੜੀ ਬੰਨ੍ਹਦੀ ਦਿਖਾਈ ਗਈ ਹੈ, ਇਹ 100% ਫੇਕ ਹੈ। ਇਹ ਫੋਟੋ ਬਿਲਕੁਲ ਉਸੇ ਤਰ੍ਹਾਂ ਹੀ ਮੂਰਤੀ ਪੂਜਾ ਅਤੇ ਫੋਟੋ ਪੂਜਾ ਨੂੰ ਪ੍ਰਵਾਨ ਕਰਾਉਣ ਦੀ ਹੀ ਚਾਲ ਦਾ ਹਿੱਸਾ ਹੈ, ਜਿਵੇਂ ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਤਸਵੀਰਾਂ ਬਣਾ ਕੇ ਉਹਨਾਂ ਨੂੰ ਪੂਜਣ ਲਾਇਆ ਗਿਆ। ਜਾਂਦੇ ਜਾਂਦੇ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਦੇ ਹਾਂ, ਸ਼ਾਇਦ ਤੁਸੀਂ ਵੀ ਸਮਝ ਆਓ। ਹੁਣ ਇਹ ਭੈਣ ਜੀ ਖੜੇ ਨੇ, ਤੁਸੀਂ ਰੱਖੜੀ ਬੰਨਦੇ? ਨਹੀਂ ਬੰਨੀ। ਇਹ ਵੀ ਨਹੀਂ ਬੰਨਦੇ? ਬੰਨਦੇ ਹੋ? ਨਹੀਂ, ਇਹ ਨਹੀਂ ਬੰਨਦੇ। ਹੁਣ ਇਹ ਭੈਣ ਜੀ ਨੇ, ਮੈਂ ਤਾਂ ਸਿਰਫ ਇਹਨਾਂ ਤੋਂ ਕੁਛ ਲੈ ਕੇ ਜਾਣਾ, ਮੈਂ ਤਾਂ ਤੁਹਾਨੂੰ ਦੱਸਿਆ ਵੀ ਮੈਂ ਤਾਂ ਮੰਗਤੀ ਹਾਂ, ਮੈਂ ਤਾਂ ਕੁਛ ਨਾ ਕੁਛ ਮੰਗ ਕੇ ਲੈ ਕੇ ਜਾਂਦੀ ਹਾਂ। ਮੈਂ ਇਹਨਾਂ ਤੋਂ ਮੰਗ ਰਹੀ ਹਾਂ ਕਿ ਤੁਸੀਂ ਰੱਖੜੀ ਐਤਕੀ ਧਾਗਾ ਬੰਨ੍ਹ ਕੇ ਆਪਣੀ ਭਰਾ ਤੋਂ ਰਾਖੀ ਕਰਵਾਉਣੀ ਹੈ ਕਿ ਸੱਚੇ ਪਾਤਸ਼ਾਹ ਦਾ ਲੜ ਫੜ ਕੇ, ਉਹਨਾਂ ਦਾ ਲੜ ਫੜ ਕੇ ਪੱਕਾ ਜੀ? ਅਤੇ ਕਿੰਨਿਆਂ ਨੂੰ ਲੜ ਇਹ ਫੜਾਉਂਗੇ? ਆਪਣੀਆਂ ਭਰਜਾਈਆਂ, ਮਾਮੀਆਂ, ਮਾਸੀਆਂ, ਉਹਨਾਂ ਦੀ ਧੀਆਂ ਬੱਚੀਆਂ ਜਿਹੜੀਆਂ ਰੱਖੜੀਆਂ ਬੰਨ੍ਹਦੀਆਂ ਨੇ, ਐਤਕੀ ਤੁਹਾਡੇ ਪਾਸ ਅਜੇ ਮਹੀਨਾ ਪਿਆ ਹੋਇਆ ਆ, ਤੁਸੀਂ ਇਹ ਰੱਖੜੀ ਤੋਂ ਪਹਿਲੇ ਪਹਿਲੇ ਉਹਨਾਂ ਨੂੰ ਇਹ ਪ੍ਰਚਾਰੋ ਕਿ ਰੱਖੜੀ ਧਾਗੇ ਦਾ ਤਿਉਹਾਰ ਸਾਡਾ ਨਹੀਂ ਹੈ, ਅਸੀਂ ਨਹੀਂ ਮਨਾਉਣਾ, ਅਸੀਂ ਗੁਰੂ ਵਾਲੇ ਦੇ, ਅਸੀਂ ਗੁਰੂ ਵਾਲੇ ਬਣ ਕੇ ਰਹਿਣਾ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਐਤਕੀ ਮੇਰੇ ਨਾਲ ਵਾਅਦਾ ਕਰਕੇ ਚੱਲੇ ਹੋ ਕਿ ਮੈਂ ਰੱਖੜੀ ਨਹੀਂ ਬੰਨਾਂਗੀ। ਹੁਣ ਤੁਹਾਨੂੰ ਮੈਂ ਆਪਣਾ ਨੰਬਰ ਦੇਵਾਂਗੀ, ਜਦੋਂ ਕੋਈ ਹੋਰ ਕੋਈ ਗੱਲ ਹੋਵੇ ਬੇਸ਼ੱਕ ਪੁੱਛ ਲੈਣਾ।